हां जी, वाहिगुरु जी का खालसा, वाहिगुरु जी की फतेह। सो अज असीं गल करांगे इंटरनेशनल स्टूडेंट वास्ते एक बहुत वधिया खबर आई हैगी है, और दूसरे नंबर ते असीं गल करांगे प्रेजिडेंट ट्रंप दे द्वारा जो अनाउंस किया गया है कि वो इमीग्रेशन नू लैके एक होर वड्डी पॉलिसी लैके आ रहे ने। सो की है उहदे विच, थोड़ी जानकारी देवांगे तुहानू। सो जेकर अजे तक तुसीं साडा चैनल सबसक्राइब नहीं किया, थले सबसक्राइब बटन ते क्लिक करो और वीडियो नू लाइक ते शेयर जरूर करियो। सो शुरू करते हैं, सब तो पहला गल करते हैं इंटरनेशनल स्टूडेंट वास्ते जिहड़ी गुड न्यूज़ आई हैगी है। जिवें कि असीं तुहानूं पिछली वीडियो विच दस्सिया सी, यूएस इमीग्रेशन एंड कस्टम एनफोर्समेंट ने जिहड़े कुछ रूल्स लागू किए सी, जिस विच उन्होंने कहा सी कि जिहड़े भी लोग यूएसए दे विच F1 M1 वीजे ते रह रहे हैगे है अते उन्हां दे कॉलेजां द्वारा सिर्फ ऑनलाइन स्टडी प्रोवाइड कराई जा रही है, तां उन्हां नूं यूएसए छड के जाना पवेगा। ਅਤੇ ਜਿਹੜਿਆਂ ਲੋਕਾਂ ਦਾ ਵੀਜ਼ਾ ਲੱਗਾ ਹੈਗਾ ਯੂਐਸਏ ਤੋਂ ਬਾਹਰ ਹੈਗੇ ਆ, ਪਰ ਉਹਨਾਂ ਦੇ ਕਾਲਜਾਂ ਦੁਆਰਾ ਸਿਰਫ ਆਨਲਾਈਨ ਸਟੱਡੀ ਪ੍ਰੋਵਾਈਡ ਕਰਾਈ ਜਾ ਰਹੀ ਆ, ਤਾਂ ਉਹਨਾਂ ਨੂੰ ਯੂਐਸਏ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਸੋ ਕੱਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜੇ ਰੂਲਸ ਲਾਗੂ ਕੀਤੇ ਸੀ ਉਹਨਾਂ ਨੂੰ ਵਾਪਸ ਲੈ ਲਿਆ ਹੈਗਾ ਵੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹਾਰਵਰਡ ਯੂਨੀਵਰਸਿਟੀ ਅਤੇ MIT ਨੇ ਸਭ ਤੋਂ ਪਹਿਲਾਂ ਇਹਨਾਂ ਰੂਲਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕੀਤਾ ਸੀ, ਜਿਸ ਤੋਂ ਬਾਅਦ ਮੈਸਾਚੂਸੈਟ, ਕੈਲੀਫੋਰਨੀਆ ਸਮੇਤ 20 ਸਟੇਟਾਂ ਨੇ ਮਿਲ ਕੇ ਇਹਨਾਂ ਦਾ ਸਾਥ ਦਿੱਤਾ ਸੀ। ਅਤੇ ਫੇਸਬੁੱਕ, ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਤੋਂ ਇਲਾਵਾ 200 ਤੋਂ ਜ਼ਿਆਦਾ ਯੂਨੀਵਰਸਿਟੀਆਂ ਨੇ ਵੀ ਇਹਨਾਂ ਰੂਲਸ ਦੇ ਖਿਲਾਫ ਆਵਾਜ਼ ਉਠਾਈ ਸੀ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ। ਸੋ ਕੱਲ੍ਹ ਮੰਗਲਵਾਰ ਕੋਰਟ ਦੇ ਵਿੱਚ ਇਹਦੇ ਉੱਤੇ ਸੁਣਵਾਈ ਹੋਣੀ ਸੀ, ਜਿਸ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਰੂਲਸ ਨੂੰ ਵਾਪਸ ਲੈ ਲਿਆ ਹੈਗਾ ਵੈ। ਸੋ ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ, ਜੇਕਰ ਉਹਨਾਂ ਦੇ ਕਾਲਜ ਦੁਆਰਾ ਆਨਲਾਈਨ ਸਟੱਡੀ ਪ੍ਰੋਵਾਈਡ ਕਰਾਈ ਜਾ ਰਹੀ ਆ, ਤਾਂ ਉਹਨਾਂ ਨੂੰ ਯੂਐਸਏ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਹੈ, ਹੁਣ ਉਹ ਯੂਐਸਏ ਦੇ ਵਿੱਚ ਰਹਿ ਕੇ ਵੀ ਆਨਲਾਈਨ ਸਟੱਡੀ ਕਰ ਸਕਦੇ ਆ। ਅਗਲੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਯੂਐਸਏ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਾਪਸ ਲਗਾਤਾਰ ਵੱਧ ਰਹੇ ਨੇ। ਸੋ ਅਸੀਂ ਤੁਹਾਨੂੰ ਅਰਜ਼ ਕਰਾਂਗੇ, ਜੇਕਰ ਤੁਸੀਂ ਬਾਹਰ ਜਾ ਰਹੇ ਹੋ ਤਾਂ ਆਪਣਾ ਫੇਸ ਜਿਹੜਾ ਹੈਗਾ ਕਵਰ ਕਰਕੇ ਰੱਖੋ, ਫੇਸ ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਸਾਬਣ ਦੇ ਨਾਲ ਧੋਵੋ ਅਤੇ 6 ਫੀਟ ਦੀ ਜਿਹੜੀ ਦੂਰੀ ਹੈਗੀ ਹੈ ਉਹਨੂੰ ਬਣਾਈ ਰੱਖੋ। ਬਾਕੀ ਤੁਹਾਨੂੰ ਦੱਸ ਦਈਏ, ਵਾਲਮਾਰਟ ਸਮੇਤ ਸਟਾਰਬਕਸ, ਬੈਸਟ ਬਾਏ ਅਤੇ ਕੋਸਟਕੋ ਨੇ ਇਹ ਕੰਪਲਸਰੀ ਕਰ ਦਿੱਤਾ ਹੈਗਾ ਕਿ ਜੇਕਰ ਤੁਸੀਂ ਉਹਨਾਂ ਦੇ ਸਟੋਰ ਵਿੱਚ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਫੇਸ ਮਾਸਕ ਪਾ ਕੇ ਜਾਣਾ ਜ਼ਰੂਰੀ ਹੈਗਾ ਵੈ। ਸੋ ਹੁਣ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ, ਜਿਹੜਾ ਪਿਛਲੇ ਹਫ਼ਤੇ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ ਮੈਰਿਟ ਬੇਸਡ ਇਮੀਗ੍ਰੇਸ਼ਨ ਪਾਲਿਸੀ ਨੂੰ ਉਹ ਲਿਆਉਣ ਜਾ ਰਹੇ ਹੈ, ਤਾਂ ਅੱਜ ਸਵੇਰੇ ਵਾਪਸ ਉਹਨਾਂ ਨੇ ਇਹ ਦੁਹਰਾਇਆ ਹੈਗਾ ਕਿ ਬਹੁਤ ਹੀ ਜਲਦੀ ਉਹ ਇਹ ਪਲਾਨ ਨੂੰ ਲੈ ਕੇ ਆ ਰਹੇ ਹੈਗੇ ਹੈ। ਸੋ ਪ੍ਰੋਪਰ ਉਹਨਾਂ ਨੇ ਸਪਸ਼ਟੀਕਰਨ ਨਹੀਂ ਦਿੱਤਾ ਹੈਗਾ ਕਿ ਮੈਰਿਟ ਬੇਸਡ ਉਹ ਕੀ ਕਹਿ ਰਹੇ ਹੈਗੇ ਹੈ, ਬਾਕੀ ਉਹਨਾਂ ਨੇ ਕੁਛ ਮੈਂਸ਼ਨ ਕੀਤਾ ਹੈ ਕਿ ਵੀ ਵਿਲ ਬੀ ਟੇਕਿੰਗ ਕੇਅਰ ਆਫ ਪੀਪਲ ਫਰੋਮ ਡਾਕਾ, ਮਤਲਬ ਜਿਹੜੇ ਡਾਕਾ ਪ੍ਰੋਗਰਾਮ ਦੇ ਅੰਡਰ ਜਿਹੜੇ ਸਟੂਡੈਂਟ, ਜਿਹੜੇ ਬੱਚੇ ਆਉਂਦੇ ਹੈਗੇ ਹੈ, ਉਹਨਾਂ ਵਾਸਤੇ ਵਧੀਆ ਖਬਰ ਹੋ ਸਕਦੀ ਹੈ। ਬਾਕੀ ਮੈਰਿਟ ਬੇਸਡ ਇਮੀਗ੍ਰੇਸ਼ਨ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦੇ ਦਿੰਦੇ ਹਾਂ, ਇਹ ਜਿਹੜਾ ਸਿਸਟਮ ਹੈਗਾ ਵੈ ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਕੈਨੇਡਾ ਦੇ ਵਿੱਚ ਚੱਲਦਾ ਹੈਗਾ, ਉੱਥੇ ਪੁਆਇੰਟ ਬੇਸਡ ਚੱਲਦਾ ਹੈਗਾ, ਮਤਲਬ ਜਿਹੜੇ ਹਾਈਲੀ ਐਜੂਕੇਟਡ ਲੋਕ ਹੋਣ ਜਾਂ ਫਿਰ ਜਿਨ੍ਹਾਂ ਦੇ ਕੋਲ ਚੰਗੀਆਂ ਜੋਬਾਂ ਹੋਣ, ਜਿਹੜੇ ਸਕਿੱਲਡ ਹੋਣ, ਬਾਕੀ ਕਈ ਕੁਛ ਇਹ ਪੁਆਇੰਟ ਬੇਸ ਵਿੱਚ ਆ ਜਾਂਦਾ ਹੈਗਾ। ਪਰ ਜਦੋਂ ਪ੍ਰੈਜੀਡੈਂਟ ਟਰੰਪ ਇਹ ਪਲਾਨ, ਇਹ ਪਾਲਿਸੀ ਨੂੰ ਲੈ ਕੇ ਆਉਗੇ ਤਾਂ ਪੂਰੀ ਤਰ੍ਹਾਂ ਇਹ ਸਪਸ਼ਟੀਕਰਨ ਹੋਊਗਾ ਕਿ ਕਿਹਦੀ ਗੱਲ ਕਰ ਰਹੇ ਸੀਗੇ ਉਹ। ਬਾਕੀ ਜਦੋਂ ਇਹ ਪਾਲਿਸੀ ਆ ਜਾਊਗੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਸੋ ਅੱਜ ਵਾਸਤੇ ਇੰਨਾ ਹੀ, ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸੋ ਫਿਰ ਮਿਲਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।